ਲੰਗੇ ਕੱਲ ਗੱਲ ਕਰ ਰਿਹਾ ਸੀਗਾ ਸਾਵਲ ਧਾਮੀ ਹੋਰਾਂ ਦੇ ਨਾਲ ਕਹਾਣੀਕਾਰ ਨੇ ਜਿਹੜੇ ਕਿ ਵੰਡ ਦੇ ਦੁਖੜਿਆਂ ਦੇ ਕਾਲਮ ਨਵੀਸ ਵੀ ਨੇ ਕਿ ਜਿਹੜੇ ਮਰੱਬਿਆਂ ਦੇ ਵਾਰਸ ਸੀਗੇ ਉਹ ਮਰਲਿਆਂ ਦੇ ਮਾਲਕ ਰਹਿ ਗਏ ਆ ਤੇ ਇਸ ਵੰਡ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਗਵਾਇਆ ਤੇ ਸ਼ਾਇਦ ਹੀ ਕੋਈ ਅਜਿਹਾ ਵਿਰਲਾ ਹੋਊਗਾ ਜਿਹੜਾ ਕਹਿੰਦਾ ਹੋਏਗਾ ਕਿ ਮੈਂ ਪਾਇਆ। ਸਾਡਾ ਏਮ ਭਾਰਤ ਦੀ ਆਜ਼ਾਦੀ ਨਹੀਂ ਸੀ, ਸਾਡਾ ਏਮ ਦਾ ਜਿਹੜਾ ਸਾਡਾ ਸਿੱਖ ਸਾਮਰਾਜ ਸੀ ਉਹਦੀ ਆਜ਼ਾਦੀ ਸੀ। ਉਹਦੇ ਇੱਕ ਸਟਰਗਲ 'ਚ ਵੀ ਅਸੀਂ ਲੰਘ ਗਏ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਅਸੈਸੀਨੇਸ਼ਨ ਹੈ, ਜਿਹਦੇ ਵਿੱਚ ਸੀਐਮ ਦੀ ਅਸੈਸੀਨੇਸ਼ਨ ਹੈ, ਜਿਹਦੇ ਵਿੱਚ ਜਨਰਲ ਦੀ ਅਸੈਸੀਨੇਸ਼ਨ ਹੈ, ਹੋਰ ਬਹੁਤ ਸਾਰਾ ਕੁਝ ਹੈ ਤੇ ਆਮ ਬਹੁਤ ਲੋਕ ਜਿਹਨਾਂ ਦੀ ਕੋਈ ਗਿਣਤੀ ਨਹੀਂ, ਜਿਹਨਾਂ ਨੂੰ ਕਿਵੇਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਰਾ ਕੁਝ ਮਤਲਬ ਉਹ ਹੋਇਆ, ਜਿਹਨਾਂ ਨੂੰ ਲੋਕ ਯਾਦ ਕਰਕੇ ਵੀ ਲੂਹ ਕੰਡੇ ਖੜੇ ਹੋਏ। ਸਾਡੇ ਨਾਲ ਹੋਇਆ ਘੱਟੋ ਘੱਟ ਉਸ ਚੀਜ਼ ਨੂੰ ਐਡਰੈਸ ਤਾਂ ਕਰੋ ਨਾ, ਇਕੱਲੇ ਹੁਣ ਪ੍ਰਾਈਮ ਮਿਨਿਸਟਰ ਦਾ ਪਾਰਲੀਮੈਂਟ 'ਚ ਕਹਿ ਦੇਣਾ ਕਿ ਇਹ ਇੰਦਰਾ ਗਾਂਧੀ ਦੀ ਗਲਤੀ ਸੀ। ਇੰਦਰਾ ਗਾਂਧੀ ਨੇ ਗਲਤੀ ਉਦੋਂ ਕੀਤੀ ਜਦੋਂ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੀ, ਅਤੇ ਉਸੇ ਕੰਟੀਨਿਊਟੀ ਦੇ ਵਿੱਚ ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ। ਗੌਰਮੈਂਟਾਂ ਤਾਂ ਕੰਟੀਨਿਊ ਕਰਦੀਆਂ ਨੇ, ਪਾਰਟੀਆਂ ਬਦਲਦੀਆਂ ਨੇ, ਜੇ ਉਸ ਟਾਈਮ 'ਤੇ ਗੌਰਮੈਂਟ ਦੀ ਗਲਤੀ ਸੀ ਤਾਂ ਫਿਰ ਉਹਨੂੰ ਕਰੈਕਟ ਕਿਉਂ ਨਹੀਂ ਕੀਤਾ ਜਾ ਰਿਹਾ। ਨੈੱਟਫਲਿਕਸ ਨੇ ਜਿਹੜੀ ਇੱਕ ਸੀਰੀਜ਼ ਬਣਾਈ, ਜਿਹੜੀ ਤੁਹਾਡੇ ਉੱਤੇ ਇੱਕ ਫਿਲਮ ਜਿਹੜੀ ਬਣਾਈ ਉਸ ਵਰਤਾਂ ਦੇ ਉੱਤੇ, ਉਹ ਸੱਚ ਦੇ ਕਿੰਨੇ ਕੁ ਨੇੜੇ ਲੰਘਦੀ ਹੈ? ਨਹੀਂ, ਉਹਦੇ ਥੋੜ੍ਹੇ ਕੱਟਸ ਲੱਗੇ ਨੇ। 25 ਸਾਲ ਤਾਂ ਘੱਟੋ ਘੱਟ ਅਕਾਲੀ ਦਲ ਦਾ ਰਾਜ ਰਿਹਾ, ਈਵਨ 84 ਤੋਂ ਬਾਅਦ ਵੀ ਇਹਨਾਂ ਕੋਲ ਤਕਰੀਬਨ 19 ਸਾਲ ਰਾਜ ਰਿਹਾ। ਅਤੇ ਤੁਸੀਂ ਇਹਨਾਂ ਦੇ ਸਾਹਮਣੇ ਕੰਨਾਂ ਤਾਰਾਂ ਲਾਈਆਂ ਗਈਆਂ, ਇਹਨਾਂ ਦੇ ਸਾਹਮਣੇ ਸਾਡੇ ਦਰਵਾਜ਼ੇ ਬੰਦ ਕੀਤੇ ਗਏ ਵੈਸਟ ਪੰਜਾਬ ਦੇ ਨਾਲ। ਉਹ ਉਦੋਂ ਇਹਨਾਂ ਦੇ ਵਿਦਰੋਹ ਕਿੱਥੇ ਸੀ? ਇਹਨਾਂ ਲਈ ਉਦੋਂ ਪੰਜਾਬ ਦੇ ਇੰਟਰਸਟ ਦੀਦੇ ਨਹੀਂ ਸੀ ਕਿ ਅਸੀਂ ਲੈਂਡ ਲੋਕਡ ਸਟੇਟ ਹੈਗੇ ਹਾਂ। ਕਿ ਆਪਾਂ ਹਮੇਸ਼ਾ ਫਾਲਸ ਨੈਰੇਟਿਵ ਬੁਣੇ ਨੇ। ਜੇ ਕਿਸੇ ਦੀ ਐਕਸੀਡੈਂਟ 'ਚ ਡੈਥ ਹੋ ਜਾਵੇ ਉਹਨੂੰ ਆਪਾਂ ਕਹਿ ਦਿੰਦੇ ਕਿ ਜੀ ਇਹ ਕੌਮੀ ਯੋਧੇ ਨੇ। ਮਤਲਬ ਕਿ ਕੋਈ ਬੰਦਾ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਉਹਨੂੰ ਆਪਾਂ ਜਿੰਦਾ ਸ਼ਹੀਦ ਕਹਿੰਦੇ ਹਾਂ। ਜਿਨ੍ਹਾਂ ਨੇ ਸਾਡਾ ਪੰਜਾਬ ਵਿੱਚ ਆ ਚੰਦ ਸਿੰਘ ਲਾਂਗੋਵਾਲ ਹੋਣਾ ਨੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ ਅਕਾਲੀ ਦਲ ਵੱਲੋਂ। ਹੁਣ ਜਗਦੀਸ਼ ਟਾਈਟਲਰ 'ਤੇ ਕੇਸ ਆ, ਇੰਨੀ ਸੀਰੀਅਸ ਚਾਰਜਸ਼ੀਟ ਫਾਈਲ ਹੋ ਚੁੱਕੀ ਆ ਕੋਰਟ 'ਚ, ਪਰ ਉਹਨੂੰ ਕਦੀ ਇੱਕ ਵਾਰੀ ਵੀ ਥਾਣੇ ਨਹੀਂ ਬੁਲਾਇਆ ਗਿਆ। ਕਿਉਂਕਿ ਜਦੋਂ ਨਵਜੋਤ 84 ਆਇਆ ਨਾ, ਅਤੇ ਮੈਂ 84 ਦਾ ਮੰਜ਼ਰ ਦੇਖਿਆ ਜਾ ਕੇ ਪਹਿਲੀ ਵਾਰੀ ਦਰਬਾਰ ਸਾਹਿਬ, ਤਾਂ ਉੱਧਰ ਮੈਨੂੰ ਅਹਿਸਾਸ ਹੋਇਆ ਜਾਨ ਐਲੀਆ ਦੇ ਬੋਲ ਨੇ, ਹਮ ਤੋ ਜੈਸੇ ਜਹਾਂ ਕੇ ਥੇ ਹੀ ਨਹੀਂ, ਬੇਅਮਾਂ ਥੇ ਅਮਾਂ ਕੇ ਥੇ ਹੀ ਨਹੀਂ, ਰਾਸਤੇ ਕਾਰਵਾਂ ਕੇ ਸਾਥ ਰਹੇ ਹੈ, ਮਰਹਲ ਹੈ ਕਾਰਵਾਂ ਕੇ ਥੇ ਹੀ ਨਹੀਂ, ਅਬ ਹਮਾਰਾ ਮਕਾਨ ਕਿਸ ਕਾ ਹੈ, ਹਮ ਤੋ ਆਪਣੇ ਮਕਾਨ ਕੇ ਥੇ ਹੀ ਨਹੀਂ। ਮੇਰਾ ਹੋਣਾ ਮੇਰੀ ਮੈਂ ਦੇ ਖਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਦਿਸਦੀ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਅੱਜ ਇਸ ਵਿਸ਼ੇਸ਼ ਮੁਲਾਕਾਤ 'ਚ ਇੱਕ ਉਸ ਸ਼ਖਸ ਨਾਲ ਗੱਲਬਾਤ ਕਰਾਂਗੇ ਜਿਹਨੇ ਇੱਕ ਐਕਟ ਦੇ ਰਿਐਕਟ ਵਜੋਂ ਜੋ ਕੰਮ ਕੀਤੇ ਔਰ ਉਸ ਤੋਂ ਬਾਅਦ ਜੋ ਕੌਮ ਦੇ ਵਿੱਚ ਰੁਤਬਾ ਹਾਸਲ ਹੋਇਆ ਔਰ ਉਸ ਤੋਂ ਬਾਅਦ ਕੀ ਕੁਝ ਹੁਣ ਤੱਕ ਵਾਪਰਿਆ। 1984 ਤੋਂ ਬਾਅਦ ਮਿਲੀਟੈਂਸੀ ਦੇ ਦੌਰ ਤੋਂ ਅਮਰੀਕਾ ਦੇ ਵਿੱਚ ਜੇਲ੍ਹ ਤੋਂ ਲੈ ਕੇ ਔਰ ਆਪਣਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਉਸ ਨੂੰ ਕਿਵੇਂ ਹੰਢਾਇਆ, ਕਿਵੇਂ ਮਾਣਿਆ ਅਤੇ ਹੁਣ ਦਿਨ ਕਿਵੇਂ ਬਤੀਤ ਹੋ ਰਹੇ ਆ। ਮੇਰਾ ਭਾਵ ਵਾਈਸ ਚਾਂਸਲਰ ਰਹੇ ਖੇਮ ਸਿੰਘ ਗਿੱਲ ਹੋਰਾਂ ਦੇ ਸਪੁੱਤਰ ਰਣਜੀਤ ਸਿੰਘ ਉਰਫ ਕੁੱਕੀ ਗਿੱਲ ਹੋਰਾਂ ਤੋਂ ਹੈ। ਗਿੱਲ ਸਾਹਿਬ, ਤੁਹਾਡਾ ਰੋਜ਼ਾਨਾ ਸਪੋਕਸਮੈਨ 'ਤੇ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ। ਗਿੱਲ ਸਾਹਿਬ, ਮੈਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਕਿ ਜੋ ਕੁਝ ਵੀ ਹੋਇਆ, ਜੋ ਕੁਝ ਵੀ ਵਾਪਰਿਆ ਉਹਦੇ ਬਾਰੇ ਤਾਂ ਬਹੁਤ ਸਾਰੀਆਂ ਗੱਲਾਂ ਬਹੁਤ ਦਫ਼ਾ ਬਹੁਤ ਪਲੇਟਫਾਰਮਸ ਤੋਂ ਹੋ ਗਈਆਂ, ਪਰ ਉਸ ਤੋਂ ਅੱਗੇ ਜੇਕਰ ਆਪਾਂ ਗੱਲ ਤੋਰੀਏ ਕਿ ਉਹ ਜਿਸ ਮੋਟਿਵ ਅਤੇ ਜਿਸ ਮਕਸਦ ਨਾਲ ਮੰਤਵ ਨਾਲ ਚੀਜ਼ਾਂ ਨੂੰ ਅੰਜ਼ਾਮ ਦਿੱਤਾ ਗਿਆ, ਕੀ ਅੱਜ ਉਹ ਚੀਜ਼ਾਂ ਅੱਜ ਉਹਨਾਂ ਦੇ ਹਾਸਲ ਸਾਡੀ ਜਵਾਨੀ ਨੌਜਵਾਨੀ ਨੂੰ ਕਿਸਾਨੀ ਨੂੰ ਪ੍ਰਾਪਤ ਹਨ ਜਾਂ ਨਹੀਂ? ਜੇ ਜਿੱਥੋਂ ਤੱਕ ਜਨਰਲਾਈਜ਼ ਵੇ ਹੈਗਾ, ਹਜੇ ਜਿਹੜੀ ਉਹ ਪੀੜ ਹੈਗੀ ਆ, ਜ਼ਖਮ ਨੇ, ਉਹ ਤਾਂ ਹਜੇ ਅੱਲਾ ਹੀ ਨੇ, ਕਿਉਂਕਿ ਉਹਨਾਂ ਨੂੰ ਕੋਈ ਐਡਰੈਸ ਨਹੀਂ ਕੀਤਾ ਗਿਆ ਐਸ ਸੱਚ ਡਾਇਰੈਕਟਲੀ। ਉਹਦੇ ਆਲੇ ਦੁਆਲੇ ਦੀ ਸਿਚੁਏਸ਼ਨ ਬਾਰੇ ਇਹ ਗੱਲ ਜ਼ਰੂਰ ਹੁੰਦੀ ਆ ਕਿ ਜੀ ਹੁਣ ਪੀਸ ਆ ਗਈ ਪੰਜਾਬ 'ਚ, ਬੜੇ ਆਪਾਂ ਕਾਲੇ ਦੌਰ 'ਚੋਂ ਲੰਘੇ ਸੀ। ਪਹਿਲੀ ਗੱਲ ਤਾਂ ਕਾਲਾ ਦੌਰ ਕਿਉਂ ਸੀ? ਇੱਕ ਸੰਘਰਸ਼ ਦਾ ਟਾਈਮ ਸੀਗਾ। ਇਹ ਜਿਹੜੀਆਂ ਟਰਮਨੋਲੋਜੀਸ ਦਿੱਤੀਆਂ ਗਈਆਂ, ਇਸੇ ਤਰ੍ਹਾਂ ਵੀ ਜਿਵੇਂ ਕੋਈ ਬਿਮਾਰ ਬੰਦਾ ਉਹਦੇ ਇਲਾਜ ਲਈ ਅਸੀਂ ਆਪਰੇਸ਼ਨ ਕੀਤਾ ਜੂਨ 84 'ਚ, ਇਸੇ ਤਰ੍ਹਾਂ ਦਿੱਲੀ ਦਾ ਵਰਤਾਰਾ ਜਿਹੜਾ ਹੈਗਾ 84 ਦਾ,
ਉਹਨੂੰ ਵੀ ਇੱਕ ਪਰਟੀਕੁਲਰ ਦੰਗਿਆਂ ਦਾ ਰੂਪ ਦਿੱਤਾ ਗਿਆ ਆਪਣੀ ਟਰਮਨੋਲੋਜੀ ਦੇ ਵਿੱਚ, ਜਦਕਿ ਉਹ ਤਾਂ ਕਲੀਅਰ ਕੱਟ ਕਾਰਨੇਜ ਆ ਜਿਹਨੂੰ ਕਿ ਹੁਣ BJP ਦੀ ਟੋਪ ਲੀਡਰਸ਼ਿਪ ਵੀ ਮੰਨ ਰਹੀ ਆ। ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਅਟੈਕ 'ਤੇ ਪਹਿਲੀ ਵਾਰੀ ਹੁਣ ਪ੍ਰਾਈਮ ਮਿਨਿਸਟਰ ਬੋਲੇ ਹੈਗੇ ਆ ਵੀ ਜਿਹੜੀ ਇਹ ਗਲਤੀ ਸੀ ਇੰਦਰਾ ਗਾਂਧੀ ਦੀ ਜਿਹੜਾ ਉਹਨੇ ਅਟੈਕ ਕੀਤਾ ਅਕਾਲ ਤਖਤ ਸਾਹਿਬ 'ਤੇ। ਪਹਿਲੇ ਤਾਂ ਅੱਜ ਤੱਕ ਇਹਨਾਂ ਨੇ ਡਾਇਰੈਕਟਲੀ ਇਹਨਾਂ ਇਸ਼ੂਜ਼ ਨਾਲ ਕਦੀ ਡੀਲ ਹੀ ਨਹੀਂ ਕੀਤਾ। ਜੇ ਇਸ਼ੂਜ਼ ਨਾਲ ਤੁਸੀਂ ਡੀਲ ਨਹੀਂ ਕਰੋਗੇ ਤਾਂ ਫਿਰ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਸਾਡੀ ਕਲੋਜ਼ਰ ਕਿੱਥੇ ਹੈਗੀ ਆ। ਕਿਉਂਕਿ ਜਦੋਂ ਨਵਜੋਤ 84 ਆਇਆ ਨਾ ਅਤੇ ਮੈਂ 84 ਦਾ ਮੰਜ਼ਰ ਦੇਖਿਆ ਜਾ ਕੇ ਪਹਿਲੀ ਵਾਰੀ ਦਰਬਾਰ ਸਾਹਿਬ, ਤਾਂ ਉੱਧਰ ਮੈਨੂੰ ਅਹਿਸਾਸ ਹੋਇਆ ਜਾਨ ਐਲੀਆ ਦੇ ਬੋਲ ਨੇ, ਹਮ ਤੋ ਜੈਸੇ ਜਹਾਂ ਕੇ ਥੇ ਹੀ ਨਹੀਂ, ਬੇ ਅਮਾਂ ਥੇ ਅਮਾਂ ਕੇ ਥੇ ਹੀ ਨਹੀਂ, ਰਾਸਤੇ ਕਾਰਵਾਂ ਕੇ ਸਾਥ ਰਹੇ ਹੈ, ਮਰਹਲ ਹੈ ਕਾਰਵਾਂ ਕੇ ਥੇ ਹੀ ਨਹੀਂ, ਅਬ ਹਮਾਰਾ ਮਕਾਨ ਕਿਸ ਕਾ ਹੈ, ਹਮ ਤੋ ਆਪਣੇ ਮਕਾਨ ਕੇ ਥੇ ਹੀ ਨਹੀਂ। ਵੀ ਸਾਨੂੰ ਉੱਦਣ ਅਹਿਸਾਸ ਹੋਇਆ ਵੀ ਅਸੀਂ ਜਿਹੜਾ ਮਕਾਨ ਆਪਣਾ ਘਰ ਸਮਝੀ ਬੈਠੇ ਇਹ ਤਾਂ ਸਾਨੂੰ ਆਪਣਾ ਅਪਣਾਉਣ ਨੂੰ ਤਿਆਰ ਹੀ ਨਹੀਂ ਬੈਠੇ, ਕਿਉਂਕਿ ਆਪਣੇ ਲੋਕਾਂ 'ਤੇ ਲਿਆ ਕੇ ਫੌਜ ਚਾੜ ਦੇਣੀ, ਉਹ ਵੀ ਸਾਡੇ ਸਾਰਿਆਂ ਪਵਿੱਤਰ ਅਸਥਾਨ 'ਤੇ। ਉਹ ਸਾਨੂੰ ਇਹ ਸ਼ੋਅ ਕਰਦਾ ਸੀ ਕਿ ਇਹ ਜਿਹੜੇ ਮਰਹਲੇ ਸੀਗੇ ਇਹ ਸਾਡੇ ਮਰਹਲੇ ਨਹੀਂ ਸੀਗੇ। ਮਤਲਬ ਸਾਡੀ ਜੋ ਗਲਤੀ ਹੋਈ 47 ਜਾਂ ਉਦੋਂ ਪਹਿਲੇ 1920 ਵਿੱਚ ਕਿ ਆਪਣਾ ਜਿਹੜਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਸੀਗਾ 1849 ਤੱਕ, ਆਪਾਂ ਕਦੀ ਉਸ ਸਬਜੈਕਟ ਨੂੰ ਦੁਬਾਰਾ ਰਿਵਾਈਵ ਹੀ ਨਹੀਂ ਕੀਤਾ ਕਿ ਸਾਡਾ ਏਮ ਭਾਰਤ ਦੀ ਆਜ਼ਾਦੀ ਨਹੀਂ ਸੀ, ਸਾਡਾ ਏਮ ਦਾ ਜਿਹੜਾ ਸਾਡਾ ਸਿੱਖ ਸਾਮਰਾਜ ਸੀ ਉਹਦੀ ਆਜ਼ਾਦੀ ਸੀ ਜਿਹਦੇ 'ਚ ਕਿ ਸਮੂਹਕ ਭਾਈਚਾਰਾ ਰਲ ਕੇ ਰਹਿੰਦਾ ਸੀ। ਉਦੋਂ ਤਾਂ ਕੋਈ ਵਖਰੇਵਾਂ ਨਹੀਂ ਸੀ ਜਿਸ ਤਰ੍ਹਾਂ ਦਾ ਵਖਰੇਵਾਂ ਆਪਾਂ ਅੱਜ ਸਮਾਜ ਅੰਦਰ ਦੇਖ ਰਹੇ ਹਾਂ। ਜਦਕਿ ਸੋ ਕਾਲਡ ਮਦਰ ਆਫ ਡੈਮੋਕਰੇਸੀ ਕਹਿੰਦੇ ਨੇ, ਕੱਲ੍ਹ ਵੀ ਪ੍ਰਾਈਮ ਮਿਨਿਸਟਰ ਸਾਹਿਬ ਬੋਲੇ ਨੇ, ਉਦੋਂ ਵੀ ਉਹਨਾਂ ਨੇ ਕਿਹਾ ਵੀ ਇੰਡੀਆ ਇਜ਼ ਦਾ ਮਦਰ ਆਫ ਡੈਮੋਕਰੇਸੀ। ਅਤੇ ਜੇ ਮਦਰ ਆਫ ਡੈਮੋਕਰੇਸੀ ਆ ਤਾਂ ਫਿਰ ਬੱਚਿਆਂ ਦੇ ਵਿੱਚ ਫਰਕ ਕਿਉਂ ਜੀ? ਇੱਕ ਬੱਚੇ ਜ਼ਿਆਦਾ ਪਿਆਰੇ ਆ, ਦੂਜੇ ਸਭ ਉਹਨਾਂ ਨੂੰ ਦੁਸ਼ਮਣ ਗਿਰਦਾਨਿਆ ਜਾ ਰਿਹਾ, ਉਹਨਾਂ 'ਤੇ ਫੌਜਾਂ ਚਾੜੀਆਂ ਜਾ ਰਹੀਆਂ ਨੇ, ਇਹ ਸਥਿਤੀ ਆ। ਇਸ ਸਾਰੇ ਬਰਤਾਨ ਦੇ ਦਰਮਿਆਨ ਜਿਹੜੀ 1947 ਦੀ ਤਕਸੀਮ, 1966 ਦੀ, 1984 ਤੋਂ ਬਾਅਦ 90-95 ਤੱਕ ਦੇ ਇਹ ਸਾਰੇ ਦੌਰ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਰਹੀ, ਪੰਜਾਬ ਦੀ ਧਰਤੀ ਤੋਂ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਹਲੇ ਵੀ ਸਟਿੱਲ ਅਸੀਂ ਜਕੜੇ ਹੋਏ ਹਾਂ। ਅਤੇ ਹੁਣ ਵੀ ਇਹ ਗੱਲ, ਇਹ ਹੁਣ ਵੀ ਗੱਲ ਜਿਹੜੀ ਹੈ ਗਾਹੇ ਬਗਾਹੇ ਹੁੰਦੀ ਰਹਿੰਦੀ ਆ, ਪਰ ਉਸ ਪੱਧਰ 'ਤੇ, ਉਸ ਲੈਵਲ 'ਤੇ ਸ਼ਾਇਦ ਨਹੀਂ ਹੁੰਦੀ। ਭਾਵਾਂ ਕਿ ਬੰਗਾਲ ਅਤੇ ਪੰਜਾਬ ਨੇ ਹੀ ਇਸ ਵੰਡ ਦਾ, ਸਭ ਤੋਂ ਵੱਡੇ ਇਸ ਤਕਸੀਮ ਦਾ ਦੁੱਖ ਜਿਹੜਾ ਹੰਢਾਇਆ, ਪਰ ਕੀ ਜਿੰਨਾ ਆਜ਼ਾਦੀ ਦਾ ਮਹੱਤਵ ਬਾਕੀ ਦੇ ਖਿੱਤੇ ਇਸ ਮੁਲਕ ਦੇ ਲੈਂਦੇ ਆ, ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਉਸ ਮਹੱਤਵ ਦਾ ਰੁਤਬਾ ਉਨਾ ਹਾਸਲ ਹੈ ਅੱਜ ਦੀ ਤਰੀਕ ਵਿੱਚ? ਇੱਥੇ ਹੈ ਨਾ ਜਿਹੜਾ ਆਪਾਂ 47 ਤੋਂ ਬਾਅਦ ਆਪਾਂ ਲਗਾਤਾਰ ਇਹ ਦੇਖ ਰਹੇ ਹਾਂ ਕਿ ਆਪਣੀਆਂ ਪੋਲੀਟੀਕਲ ਐਕਸਪੀਰੀਅੰਸੀ ਲਈ ਡਿਫਰੈਂਟ ਪੋਲੀਟੀਕਲ ਲੀਡਰਸ਼ਿਪ ਨੇ, ਇਨਫੈਕਟ ਪਰਟੀਕੁਲਰਲੀ ਜਿਹੜੀ ਸਿੱਖ ਲੀਡਰਸ਼ਿਪ ਸੀਗੀ, ਉਹਨਾਂ ਨੇ ਆਪਣੀ ਰਾਜ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਵਾਰ ਵਾਰ ਸਿੱਖ ਕੌਮ ਦੇ ਜਿਹੜੇ ਇੰਟਰਸਟ ਸੀਗੇ, ਜਿਹੜੀਆਂ ਪੰਜਾਬ ਦੀਆਂ ਰਾਈਟਸ ਸੀਗੀਆਂ, ਉਹਨਾਂ ਨੂੰ ਦਾਅ 'ਤੇ ਲਾਇਆ ਤਾਂ ਕਿ ਇਹਨਾਂ ਦੀ ਰਾਜ ਸੱਤਾ ਇੱਥੇ ਪੂਰੀ ਤਰ੍ਹਾਂ ਹੋਂਦ 'ਚ ਰਹੇ। ਤੁਸੀਂ ਕਿਸੇ ਟਾਈਮ ਵੀ ਦੇਖ ਲਓ, 47 ਵੇਲੇ ਵੀ ਕੀ ਡਿਸੀਜ਼ਨ ਸੀ, ਪੋਲੀਟੀਕਲ ਡਿਸੀਜ਼ਨ ਸੀਗਾ, ਕਿਉਂਕਿ ਸੀਗੀਆਂ ਤਾਂ ਦੋਨੋਂ ਪਾਸੇ ਅਨਸਰਟਨਟੀਜ਼, ਜੇ ਪਾਕਿਸਤਾਨ ਵਾਲੇ ਪਾਸੇ ਜਾਂਦੇ ਤਾਂ ਵੀ ਅਨਸਰਟਨ ਫਿਊਚਰ ਸੀਗਾ, ਅਤੇ ਇੱਧਰਲੇ ਪਾਸੇ ਆ ਕੇ ਆਪਾਂ ਦੇਖ ਹੀ ਲਿਆ ਕਿ ਆਪਣੇ ਪੰਜਾਬ ਦਾ ਕੀ ਫਿਊਚਰ ਆ। ਆਪਾਂ ਨੂੰ ਇਹ ਰਾਜਧਾਨੀ ਤੱਕ ਤਾਂ ਦੇਣ ਨੂੰ ਤਿਆਰ ਨਹੀਂ, ਸਾਡੇ ਪਾਣੀਆਂ ਦੇ ਕੰਟਰੋਲ ਇਹਨਾਂ ਕੋਲ, ਇੱਕੋ ਇੱਕ ਸਾਡੇ ਕੋਲ ਨੈਚੁਰਲ ਰਿਸੋਰਸ ਆ ਪਾਣੀ, ਉਹਦਾ ਕੰਟਰੋਲ ਸਾਡੇ ਕੋਲ ਨਹੀਂ, ਸਾਡੀ ਰਾਜਧਾਨੀ ਸਾਡੇ ਕੋਲ ਨਹੀਂ, ਸਾਡੀ ਆਪਣੀ ਹਾਈ ਕੋਰਟ ਹੈ ਨਹੀਂ ਗੀਆਂ। ਇਹ ਜਿਹੜੇ ਬੇਸਿਕ ਪਿੱਲਰਸ ਨੇ ਕਿਸੇ ਡੈਮੋਕਰੇਸੀ ਦੇ, ਉਹ ਤਾਂ ਸਾਡੇ ਤੋਂ ਮਿਸਿੰਗ ਆ। ਦੂਜੇ ਪਾਸੇ ਨਾਗਾਸ ਦੇ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਿ 2015 ਤੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗਵਰਨਮੈਂਟ ਦੀ, ਹੁਣ ਉਹਨਾਂ ਨੇ ਅੱਜ ਫਿਰ ਨਵੀਂ ਸਟੇਟਮੈਂਟ ਜਿਹੜੀ ਆਈ ਆ ਨਾਗਾ ਫਰੰਟ ਵੱਲੋਂ, ਉਹਨਾਂ ਨੇ ਕਿਹਾ ਵੀ ਸਾਡੀ ਗੱਲਬਾਤ ਜਿਹੜਾ ਫਰੇਮਵਰਕ ਆ, ਜਿੱਥੇ ਜਾ ਕੇ ਗੱਲ ਖੜੀ ਆ, ਉਹ ਹੈਗਾ ਸਾਡਾ 2015 ਦਾ ਜਿਹੜਾ ਫਰੇਮਵਰਕ ਆ, ਫਰੇਮਵਰਕ ਐਗਰੀਮੈਂਟ, ਉਹਦੇ 'ਚ ਇਹ ਹੈਗਾ ਕਿ ਦੋ ਸੋਵਰਨ ਪਾਵਰਸ ਦੀ ਆਪਸ 'ਚ ਸੰਧੀ ਹੋ ਰਹੀ ਆ, ਅਤੇ ਹੈ ਨਾਗਾਲੈਂਡ ਵੀ ਇੰਡੀਆ ਦੀ ਸਟੇਟ ਹੀ, ਜੇ ਉੱਥੋਂ ਦੇ ਲੋਕਾਂ ਦੇ ਨਾਲ ਇਸ ਸੋਵਰਨ ਤਰੀਕੇ ਦੇ ਨਾਲ ਤੁਸੀਂ ਸੰਧੀ ਕਰ ਰਹੇ ਹਾਂ, ਅਤੇ ਫਿਰ ਜਿਹੜੇ ਅਸਲ ਹੱਕਦਾਰ ਸੀਗੇ ਪੰਜਾਬ ਦੇ, ਉਹਨਾਂ ਨਾਲ ਕਿਉਂ ਨਹੀਂ ਸੰਧੀਆਂ ਇਸ ਮਤਲਬ ਕਿ ਲੈਵਲ ਤੱਕ ਨਹੀਂ ਹੋਈਆਂ? ਕਿਉਂਕਿ ਜਿਹੜੀ ਸਾਡੀ ਲੀਡਰਸ਼ਿਪ ਸੀਗੀ ਉਹਦੇ ਕੋਲ ਨਾ ਤਾਂ ਵਿਜ਼ਨ ਆ,
एंड दे हैव टोटली लॉस्ट कंटेंट कि उन्होंने कोई पता ही नहीं भी साडा मुद्दा होना तो की चाहिए। एक पासे आपां आनंदपुर साहब की मते की गल करते हैं, दूजे पासे जदों कश्मीर की मंग तोड़िया जाता स्पैशल स्टैटस तो उदों उही अकाली दल के प्रधान ऑन द फ्लोर ऑफ पार्लीमेंट सुखबीर सिंह बादल वो कहिंदे आ कि वो वैलकम करते उस स्टैप नूं। तो फिर यदा मतलब मैं कहना ना भी अपने पोलिटिकल एक्सपीरियंसिस ने कि इन दे सैल्फ इंट्रस्ट ने जिस दे उत्ते इन्होंने सारा पंजाब नूं उन्हों उन्हों कंडे ते लाता। मैं लंघे कल गल कर रहा सीगा सावल धामी होरां दे नाल कहानीकार ने जिहड़े कि वंड दे दुखड़ियां दे कलम नवीस भी ने कि जिहड़े मरबियां दे वारस सीगे वह मरलियां दे मालक रह गए आ। तो इस वंड दे विच लोकां ने बहुत कुछ गवाया तो शायद ही कोई अजिहा विरला होगा जिहड़ा कहिंदा होएगा कि मैं पाया। एक दौर दे विचों तुसीं लंघे हो जिहड़ा तुसीं कहिंदे हो कि स्ट्रगल दा दौर सी काला दौर नहीं सीगा, हर कोई उन्होंने अपने तरीके इंटरप्रेट करता है, पर अज के जोड़े मौजूदा हालात में तुम सेम उमें ही दस रहे हो कि मतलब हाले तक भी सूँ रुतबा बहाल नहीं हासिल नहीं जोड़ा कि बाकी राज्यों है जो कि सब तो वड टुक इस धरती के लोगों की हुई बावजूद वो एक स्ट्रगल चो भी असी लंघ गए जिद प्राइम मिनिस्टर की असैसीनेशन है जिद सीएम की असैसीनेशन है जिद जनरल की असैसीनेशन है होर बहुत सारा कुछ है। तो आम बहुत लोग जिन्हों की कोई गिणती नहीं जिन्हों किमें गलों के टायर पा के सारा कुछ मतलब वो होया जिन्हों लोग याद करके भी लू कंडे खड़े हो जाते हैं। उस तो बाद भी कोई राह नहीं निकलिया तो इस तो अगे लगता कोई उम्मीद है कोई आस की किरण है? नहीं ये तो नवजोत देख आस उम्मीदी उम्र गुजारी मेरा तो यह मोटो रहा सदा ही। मैं नेरे भी देखे है हूँ चानण भी देख रहा पर मेरी आस उम्मीद उस तरह कायम आ कि किन्ना क चिर लोगों अपने इंट्रस्ट तो दूर रखा जा सकता। जे नागालैंड वाले इन्ने स्ट्रोंगली डील कर रहे हैं इस तरह मिजोराम आ उन्हां कोल साडे नाल वध अधिकार ने जे उन्हां दे जिहड़े बॉर्डरस ने ओपन ने वो किसी भी मुल्क नाल अपने इंडिपेंडेंट तौर पर अपनी ट्रेड कर सकते हैं। हुण तुसीं देखिया होणा कल राकेश तकायत जिहड़े फार्मर्स लीडर ने वो कल पंजाब आए सी ते उन्होंने अपनी पहली बारी स्टेटमेंट दिती आ कि जे सानूं पंजाब नूं बचाउणा इहदी फार्मिंग नूं बचाउणा तां जिहड़े आ साडे सामने कंडियां दीआं तारां ने इहनां नूं हटाउणा पऊगा, साडा ट्रेड जिहड़ा हैगा ओपन करना पऊगा। उस तो इलावा साडे कोल कोई भी अदर वे आउट नहीं गा क्योंकि जे खुशहाली आऊगी तो फिर यह खिता भी खुशहाल होगा अपने जख्मों नू अपने तरीके दे नाल उन्हां नू मरहम ला के भर भी सकूगा। पर इत्थे रौला यह है नवजोत कि इत्थे है ना कि आ बाबा तेरा वतन है वीरान हो गया, रब दे घरां दा राखा मुड़ शैतान हो गया, कुछ ऐसा कुफर तोलिया ईमान वालिया ने कि कुफर तो भी हौला ईमान हो गया। साडे नाल तां आ वाकया वापरिया बिल्कुल सानू इह नहीं पता लगता नवजोत कि साडे वेहड़े किसने कंध कीती साडी धरती नूं किसने पाड़ दिता साडे हथ वड्डे साडी कलम तोड़ी साडी सारी तहरीक नूं साड़ दिता। मतलब कि साडा जिहड़ी रैफरेंस लाइब्रेरी चो लैके गए नवड मुला खजाना अज तक तो सानू उही नहीं लभ रहा। आपां कहिंदे कि वी हैव टू मूव फॉरवर्ड मूव फॉरवर्ड तां ही करांगे ना जे सानू साडा जिहड़ा वडमुले खजाने ने जो साडे नाल होया घट्टो घट उस चीज़ नू अड्रैस तां करो ना। कल्ले हुण प्राइम मिनिस्टर दा पार्लीमेंट च कह देना कि ये इंदिरा गांधी की गलती सी, इंदिरा गांधी ने गलती उदों कीती जदों प्राइम मिनिस्टर सी इंडिया दी ते उसे कंटीन्यूटी दे विच हुण प्राइम मिनिस्टर नरेंद्र मोदी ने गौरमेंटां तां कंटीन्यू करदियां ने पार्टियां बदलदियां ने, जे उस टाइम ते गौरमेंट दी गलती सी तां फिर उहनूं करैक्ट क्यों नहीं कीता जा रहा? घट्टो घट्ट अकनोलेज तां करे ना स्टेट कि दिस वाज ए ब्लंडर जिन्हें कि बहुत बहुत वड्डा रोल। दो गल्लां पैरलल चल रही ने, एक गल एक वो लोग ने जो कहिंदे आ जो हो गया सो हो गया हुण छड्डो मिट्टी पाओ, दूजे वो लोग है जिहड़े उहनां नाल लड़दे आ खैबड़दे आ डिबेट्स हुंदियां ने कि इदां किवें छड्ड दईए असीं नहीं छड्ड सकदे असीं नहीं भुल सकदे,
पर मेरा सवाल उस तो अगे है कि उस तो अगे फिर है भी की है, उस तो अगे असी कर भी की रहे हैं। मिसाल के तौर पर जिन्ने बंदी सिंह पैरोल ते आए जा पक्की रिहाई ते आए, मैं जिन्या नाल ऑफ टू कैमरा गल की, मैं परसनल एक्सपीरियंस जाती तौर पर तुहाडे नाल सांझा कर रहा, उन्होंने सारे ने कहा कि इको हल है साडे कोल कि असी अपने बच्चों नू पढ़ाईए लिखाईए, उन्होंने चंगे अहद्या तक पहुँचाइए जिथों कोई राह निकल सकता। ठीक है नवजोत, तेरी गल ये हर कोई अपने बच्चों का फिक्र करता है, पर बच्चों का फिक्र जी स्टेट आ, स्टेट के इंट्रस्ट ना तो इन्हें तुम रला सकते, वो एक थोड़ा परसनल मैटर आ। ये जरा साडा कौमीयत का मसला है, कौमीयत जरूरी नहीं कि इनू धर्म के संदर्भ में ही देखा जाए। कौमीयत जी होंगी नैशनलिस्ट फीलिंग्स जीडिया होंगे ने, वो हर एक पंजाबी दे मन च होनिया चाहिए ने, क्योंकि साढ़े को नागालैंड तो वक्री हिस्टरी आ, साढ़े को पूर्ण खुद मुख्तियार साडा अपना राज सीगा, इत्थे असी तो उस राज विच्चों निकल के फिर ब्रिटिश का पंजाब ते कब्जा होया, तो इसलिए जदों फिर फोर्स छड के जांदा मुल्क तो वह जिथे जिथे रुतबे सीगे वह उस रुतबिया बहाल करके जांदा। पर बदकिस्मत ये सी कि साड़ी लीडरशिप जी उस टाइम पर सी तो भावें हुण हैगी आ, इन्होंने वो अपना रुतबा कभी समझिया ही नहीं। ताई मैं कहना कि आप बाबा तेरा वतन है ना वीरान हो गया, रब दे घरां दे राखे जिहड़े आ वो मुड़ शैतान हो गए। ये जिहड़ियां इन्हां दियां शैतानियां ने, इन्हां दियां लापरवाहियां ने, इन्हां दे सैल्फ इंट्रस्ट ने, उन्होंने सारा जिहड़ा कीता हैगा वो पंजाब नूं उन्होंने एक तरह ना कैप्टिव बनाता इंडियन स्टेट की। मैं सारा कुछ इंडियन स्टेट पर नहीं सुटदा, पर ये जिहड़ियां लीडरशिप दियां कमियां सीगियां उन्होंने इनू एक अपने सैल्फ इंट्रस्ट दे लई हमेशा पंजाब नूं दा ते लाया। सानू यही नहीं पता साडी कलम तोड़ी किने आ, मतलब कि साडे कंधां साडे विच कंधां किने कीतियां, किने साडे विचाले तारां लातियां, ते साडी लीडरशिप खामोश रही किन्ने साल राज रहा, 25 साल तक घट्टो घट्ट अकाली दल दा राज रहा, ईवन 84 तो बाद भी इन्हां कोले तकरीबन 19 साल राज रहा। बिल्कुल, तो तुसीं इन्हां दे सामने कंधां तारां लाईआं गईआं, इन्हां दे सामने साडे दरवाजे बंद कीते गए वैसट पंजाब दे नाल, उदों इन्हां दे विद्रोह कित्थे सी, इन्हां लई उदों पंजाब दे इंट्रस्ट दींदे नहीं सी कि असीं लैंड लॉक्ड स्टेट हैगे आ। जे असी अगे दियां हुण इह तां क्यासकारियां ने, लोक जिवें फोके नारे लाउंदे ने, वो सिर्फ एक अपना गवार कढ़दे ने, आपां चलदे आ प्रैक्टिकली, क्योंकि प्रैक्टिकली भी जे आपां दुनिया पद्धर ते देखिए तां इस तरह दे डिसीजनस होए ने, समझौते होए ने, जिवें नॉर्थ आयरलैंड दा समझौता होया इंग्लैंड दे नाल, यूनाइटेड किंगडम दे नाल, इस तरह स्कॉटलैंड तुसीं देख लो, उन्हां ने अपनी आजादी दी मंग नूं पोलिटिकल नैरेटिव दे राहीं पूरा करना चाहिया। ठीक है, एक बार वो हार गए रेफरेंडम च और हुण सैकंड रेफरेंडम की तैयारी कर रहे हैं कि जे लोग उत्थों दे तैयार होणगे तां असी अपना भविख आप कट सकते हैं, पर साडी पोलिटिकल लीडरशिप की सोच जिहड़ी आ वो इत्थों तक पहुँच ही नहीं सकी। उन्होंने तो आपां नूं आटे दाल दीआं स्कीमां च उलझाई रख्या। बिल्कुल बिल्कुल बिल्कुल, और ये भी कोई सवाल नहीं करता कि जे मुल्क दी सरकार किसी दी ये दावा करती है कि असी 80% अपने लोगों या 80 करोड़ लोगों मुफ्त आटा दाल दे रहे हैं, तो यदा मतलब यह है कि 80% लोग बुनियादी सहूलतों तो भी आवाजार है। खैर, मैं थोड़ा जा अगे तुरदा, मेरा मैं थोड़ी गल की लगातारता तोड़नी नहीं सी चाहुंदा, जिहड़े उन्हां नाल मेरी गल हुई सी ऑफ टू रिकॉर्ड, उन्हां दा कहण दा मकसद ये सी कि असी उस नैरेटिव नूं समझ सकीए जो परदे दे अगे है ते परदे दे पिछे हो रहा है, इस करके साडे अपने बच्चे नूं पढ़ा लिखा के उन्हां पोजिशन ते बिठाउणा जरूरी है जिथों फैसले उलीके जांदे आ, घड़े जांदे आ, किवें हुंदा है, तां जो कि उह थल्ले तक पता लगे, क्योंकि एक दौर सीगा जदों इह गल कही जांदी सीगी खास करके तुहाडे उस वेले कि पढ़न वाले जिहड़े आ उह लड़ नहीं सकदे, जदों तुहाडे वर्गे बंदिआं ने थीसिस जमा करवाउण दे वेले जदों प्रोफेसरियां लैण दा समां सीगा इह सब कुछ कीता ते सब कुछ वापरिया। मैं उस ते भी गल क्यों करूँगा भी किहड़ी चीज़ ने अंगारी लई, पर उस तो पहले मैं गल करदा जिहड़ी कुछ सानूं कुदरत दे तौर ते हक मिले हुंदे ने, अज किवें जिहड़े आ जिहड़े मनुख वल्लों घड़े कायदे कानून है उहनां हक्कां नूं खो रहे आ,
मैं अवतार सिंह खंडा दे कॉन्टेक्सट दे विच इह गल खास करके करनी चाहुंदा। आफ्टर सैकेंड वर्ल्ड वॉर जिनेवा कन्वेंशन दे विच जो कुछ होया, जो जिस तरीके दे हस्ताक्षर होए, उहदे विच वी हुंदा सी कि असीं जिहड़े अपने सोल्जर्स नाल जां दूसरिआं दे नाल किवें बिहेव करना। अज एक माँ ते एक भैण नूं एक लोह दे लाश दे नाल वी जिहड़ा है उहदे अंतिम कार्ज नहीं करने दित्ते जांदे, ते उस दे उत्ते जिहड़ी है फिर तुहाडी सरकारां दी जिहड़ी चुप्पी रहिणी, ते उस तों बाद फिर नहीं उहनां लोकां दे अंदर बेगानगी दा अहसास भरदियां जिहियां चीज़ां नहीं, मतलब कि जिहड़ा इंग्लैंड च झूठिया ना, ਇਹ ਨਵਜੋਤ ਸ਼ੋਅ ਕਰਦਾ ਕਿ ਉੱਥੇ ਰਹਿ ਕੇ ਦਾਅਵੇ ਤਾਂ ਕੀਤੇ ਜਾ ਰਹੇ ਆ ਵੱਖਰਾ ਪੰਜਾਬ ਬਣਾਉਣ ਦਾ ਜੀ ਖੁੱਲ੍ਹ ਕੇ, ਅਤੇ ਇੱਕ ਆਪਣੇ ਉਹ ਜਦੋਂ ਵੀਜ਼ਾ ਤੱਕ ਤਾਂ ਉਹ ਦਵਾ ਨਹੀਂ ਸਕਦੇ ਕਿਸੇ ਨੂੰ, ਮਤਲਬ ਇਹ ਤਾਂ ਉੱਥੋਂ ਦੇ ਸਿੱਖ ਕੌ ਸਿੱਖ ਤੇ ਆਉਂਦੀਆਂ ਨਾ ਸਿੱਖਾਂ 'ਤੇ ਵੀ ਕੀ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੰਗਲੈਂਡ ਦੇ ਵਿੱਚ, ਯੂਨਾਈਟਡ ਕਿੰਗਡਮ ਦੀ ਪਾਰਲੀਮੈਂਟ 'ਚ ਨੇ, ਬ੍ਰਿਟਿਸ਼ ਪਾਰਲੀਮੈਂਟ 'ਚ, ਕੀ ਉਹ ਇੰਨਾ ਵੀ ਹੌਸਲਾ ਨਹੀਂ ਕਰ ਸਕੇ ਕਿ ਇੱਕ ਹਿਊਮੈਨਿਟੇਰੀਅਨ ਗਰਾਊਂਡ 'ਤੇ ਕਿਸੇ ਨੂੰ ਵੀਜ਼ਾ ਦਵਾ ਦਿੱਤਾ ਜਾਵੇ ਤਾਂ ਕਿ ਉਹ ਫਿਊਨਰਲ ਦੇ ਵਿੱਚ ਲਾਸਟ ਰਾਈਟਸ ਇਹਨਾਂ ਦੇ ਘਰ ਦੇ ਸ਼ਾਮਿਲ ਹੋ ਸਕਣ। ਵੀਜ਼ਾ ਇੰਡੀਆ ਨੇ ਤਾਂ ਡਿਨਾਈ ਨਹੀਂ ਕੀਤਾ, ਵੀਜ਼ਾ ਤਾਂ ਹੁਣ ਇੰਗਲੈਂਡ ਦੀ ਸਰਕਾਰ ਦੀ ਡਿਸਕ੍ਰਿਪਸ਼ਨ ਆ ਨਾ। ਦੂਜੀ ਗੱਲ ਜਿਹੜੀ ਜਿਸ ਤਰ੍ਹਾਂ ਦੱਸ ਰਿਹਾ ਕਿ ਉਹ ਮਤਲਬ ਕਿ ਉਹਨੂੰ ਕਤਲ ਹੋਇਆ, ਤੁਹਾਡੇ ਕੋਲ ਉੱਥੇ ਓਪਨ ਫੀਲਡ ਆ, ਜੇ ਤੁਹਾਨੂੰ ਇੱਕ ਪੋਸਟਮਾਰਟਮ 'ਤੇ ਸ਼ੱਕ ਆ ਤੁਸੀਂ 10 ਪੋਸਟਮਾਰਟਮ ਹੋਰ ਕਰਾ ਲਓ, ਪਤਾ ਲੱਗ ਜੂਗਾ ਵੀ ਜ਼ਹਿਰ ਦਿੱਤੀ ਆ ਕਿ ਵਾਕਈ ਉਹ ਜਿਹੜੀ ਬਿਮਾਰੀ ਦੱਸ ਰਹੇ ਆ ਉਹਦੇ ਨਾਲ ਉਹਦੀ ਡੈਥ ਹੋਈ ਆ। ਆਪਾਂ ਮਤਲਬ ਕਿ ਹਮੇਸ਼ਾ ਮੈਨੂੰ ਨਹੀਂ ਪਤਾ ਉਹਦੀ ਕਿਸ ਤਰ੍ਹਾਂ ਡੈਥ ਹੋਈ ਆ, ਪਰ ਜੋ ਰਿਪੋਰਟਸ 'ਚ ਆਇਆ, ਕਿਉਂਕਿ ਬ੍ਰਿਟਿਸ਼ ਮੇਰਾ ਨਹੀਂ ਖਿਆਲ ਕਿ ਇੰਨੀ ਕਲੋਜ਼ਡ ਸੈਟੀ ਹੋਊਗੀ ਕਿ ਉੱਥੇ ਜਿਹੜੇ ਪੋਸਟਮਾਰਟਮ ਵੀ ਬਦਲੇ ਜਾਂਦੇ ਹੋ। ਤੁਹਾਡੇ ਕੋਲ ਆਪਣੇ ਸਿੱਖ ਡਾਕਟਰਸ ਨੇ, ਤੁਸੀਂ ਕਿਤੋਂ ਵੀ ਪੋਸਟਮਾਰਟਮ ਕਰਵਾ ਸਕਦੇ ਸੀ, ਉਹ ਕਿਹੜਾ ਉੱਥੇ ਵਾਂਟਡ ਸੀ ਬੰਦਾ। ਪਰ ਉਹ ਸਵਾਲ ਉਸ ਲਈ ਖੜਾ ਹੋਇਆ ਕਿ ਵੀਜ਼ਾ ਨਾ ਦਿੱਤੇ ਜਾਣ ਦੇ ਉੱਤੇ, ਵੀਜ਼ਾ ਵੀ ਜਾਣ 'ਤੇ ਹੋਇਆ, ਜਿਸ ਤਰ੍ਹਾਂ ਉਹਨੂੰ ਨੈਰੇਟਿਵ ਬੁਣਿਆ ਜਾ ਰਿਹਾ, ਈਵਨ ਇੱਥੋਂ ਦੇ ਆਪਣੇ ਮੈਂਬਰ ਪਾਰਲੀਮੈਂਟ ਕੀ ਕਹਿ ਰਹੇ ਨੇ ਪਾਰਲੀਮੈਂਟ 'ਚ, ਮਤਲਬ ਕਿ ਕਤਲ ਕਿਸੇ ਦਾ ਹੋਣਾ ਅਤੇ ਕਿਸੇ ਦਾ ਬਿਮਾਰੀ ਨਾਲ ਮਰ ਜਾਣਾ, ਇਹ ਚੀਜ਼ਾਂ 'ਚ ਡਿਫਰੈਂਸ਼ੀਏਟ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਆਪਾਂ ਹਮੇਸ਼ਾ ਫਾਲਸ ਨੈਰੇਟਿਵ ਬੁਣੇ ਨੇ, ਜੇ ਕਿਸੇ ਦੀ ਐਕਸੀਡੈਂਟ 'ਚ ਡੈਥ ਹੋ ਜਾਵੇ ਉਹਨੂੰ ਆਪਾਂ ਕਹਿ ਦਿੰਦੇ ਕਿ ਜੀ ਇਹ ਕੌਮੀ ਯੋਧੇ ਨੇ, ਮਤਲਬ ਕਿ ਕੋਈ ਬੰਦਾ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਉਹਨੂੰ ਆਪਾਂ ਜਿੰਦਾ ਸ਼ਹੀਦ ਕਹਿੰਦੇ ਹਾਂ। ਆਪਾਂ ਤਾਂ ਆਪਣੀ ਸਾਰੀ ਟਰਮੀਨੋਲੋਜੀ ਹੀ ਬਦਲ ਦਿੱਤੀ ਗਈ, ਜਿਨ੍ਹਾਂ ਨੇ ਸਾਡਾ ਪੰਜਾਬ ਵਿੱਚ ਆ ਹਰਚੰਦ ਸਿੰਘ ਲਾਂਗੋਵਾਲ ਹੋਣਾ ਨੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ ਅਕਾਲੀ ਦਲ ਵੱਲੋਂ, ਉਹਨਾਂ ਦੀਆਂ ਫੋਟੋਆਂ ਅਜਾਇਬ ਘਰ 'ਚ ਲਾਈਆਂ ਜਾ ਰਹੀਆਂ ਨੇ, ਕਾਹਦੇ ਲਈ ਲਾਈਆਂ ਜਾ ਰਹੀਆਂ। ਅਕੋਰਡ ਤਾਂ ਮਿਜ਼ੋਰਮ ਦਾ ਵੀ ਹੋਇਆ, ਹੁਣ ਅਕੋਰਡ ਨਾਗਾਸ ਦਾ ਵੀ ਚੱਲ ਰਿਹਾ ਹੈਗਾ, ਅਤੇ ਆਪਣਾ ਅਕੋਰਡ ਅਤੇ ਉਹਨਾਂ ਦਾ ਅਕੋਰਡ ਨੂੰ ਇੱਕ ਮਾਪਦੰਡ 'ਤੇ ਰੱਖ ਕੇ ਤਾਂ ਦੇਖੋ ਨਾ, ਰੈਦਰ ਕੇ ਆਪਾਂ ਅਕਨੋਲੇਜ ਕਰੀਏ ਕਿ ਸਾਡੇ ਤੋਂ ਜ਼ਰੂਰ ਕਿਤੇ ਨਾ ਕਿਤੇ ਫੋਲਟ ਲਾਈਨ ਸਾਡੇ ਤੋਂ ਹੋਈਆਂ ਨੇ, ਸਾਡੇ ਤੋਂ ਬਣੀਆਂ ਨੇ ਫੋਲਟ ਲਾਈਨਸ, ਉਹ ਕਰੈਕਟ ਤਾਂ ਹੋਣਗੀਆਂ ਜੇ ਤੁਸੀਂ ਅਕਨੋਲੇਜ ਕਰੋਗੇ। ਹੁਣ ਅਕਾਲੀ ਦਲ ਰਿਵਾਈਵ ਕਿਉਂ ਨਹੀਂ ਕਰ ਰਿਹਾ, ਉਹ ਰਿਵਾਈਵ ਤਾਂ ਨਹੀਂ ਕਰ ਰਿਹਾ ਕਿ ਉਹ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਜਿਹੜੀਆਂ ਲੈਵਲ ਆਫ ਸਾਡਾ ਅੰਡਰਸਟੈਂਡਿੰਗ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਲੀਹ ਤੋਂ ਲਿਆ, ਸਾਡੇ ਵੱਲੋਂ ਰੋਂਗ ਡਿਸੀਜਨਸ ਲਏ ਗਏ, ਜਿਸ ਤਰ੍ਹਾਂ ਇਸ਼ੂਸ ਨੂੰ ਸਾਨੂੰ ਐਡਰੈਸ ਕਰਨਾ ਚਾਹੀਦਾ ਸੀ ਅਸੀਂ ਕੀਤਾ ਨਹੀਂ ਜਦੋਂ ਸਾਡੇ ਕੋਲ ਪਾਵਰ ਸੀ। ਅਲਟੀਮੇਟਲੀ ਲੋਕਾਂ ਨੇ ਦਿੱਲੀ ਦੇ ਬਾਬਾ ਨੂੰ ਸਰਕਾਰ ਫੜਾ ਤੀ, ਮਤਲਬ ਇਹ ਆਪਾਂ ਲੋਕਾਂ ਨੂੰ ਵੀ ਇੰਟਾਇਰਲੀ ਬਲੇਮ ਨਾ ਕਰੋ, ਉਹਨਾਂ ਕੋਲ ਚੋਇਸ ਕੀ ਸੀ, ਮਤਲਬ ਇਹਦੇ ਨਾਲ ਸਾਡਾ ਸਾਰਾ ਪੰਜਾਬ ਦੀ ਰੰਗਤ ਹੀ ਬਦਲ ਗਈ, ਸਾਡਾ ਸਾਰਾ ਪੋਲੀਟੀਕਲ ਸੀਨ ਹੀ ਬਦਲ ਗਿਆ ਕਿ ਸਾਡੇ ਪੰਜਾਬ ਦੇ ਹੱਥ 'ਚੋਂ ਨਿਕਲ ਕੇ ਹੁਣ ਰਾਜ ਡਾਇਰੈਕਟਲੀ ਦਿੱਲੀ ਕੋਲ ਚਲਾ ਗਿਆ। ਮੈਂ ਥੋੜ੍ਹਾ ਜਿਹਾ ਹੋਰ ਅੱਗੇ ਤੁਰਨਾ ਚਾਹੁੰਦਾ, ਤੁਹਾਡੇ ਉੱਤੇ ਇੱਕ ਸਵਾਲ ਖੜ੍ਹੇ ਹੋ ਰਹੇ ਆ ਕਿ ਜਿਸ ਦੌਰ ਦੇ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਨੇ ਜਿਸ ਲੀਡਰ ਨੂੰ ਮਾਰਿਆ, ਜਿਸ ਕੁੜੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਦੇ ਮਾਂ ਪਿਓ ਨੂੰ ਬਦਲੇ ਦੀ ਅੱਗ ਦੇ ਵਿੱਚ ਜਿਹੜਾ ਹੈ ਉਹ ਝੁਲਸ ਦਿੱਤਾ ਗਿਆ, ਅਤੇ ਹੁਣ ਉਸੇ ਕੁੜੀ ਦੇ ਨਾਲ ਭੈਣ ਭਰਾ ਦਾ ਉਸ ਰਿਸ਼ਤੇ ਨੂੰ ਨਿਭਾਉਣਾ, ਇਹ ਦੋਵਾਂ ਨੂੰ ਕਿਵੇਂ ਜਸਟੀਫਾਈ ਕਰਦੇ? ਨਹੀਂ ਉਹ ਤਾਂ ਮਤਲਬ ਕਿ ਮੈਂ ਕਿਹੜਾ ਕੋਈ ਕਿਸੇ ਤੋਂ ਮਾਫ਼ੀ ਮੰਗੀ ਹੈ ਜਾਂ ਕਿਤੇ ਪਛਤਾਵਾ ਦਿਖਾਇਆ ਜੀ, ਮੈਂ ਤਾਂ ਇੱਕ ਲੈਵਲ ਗਰਾਊਂਡ 'ਤੇ ਬਹਿ ਕੇ ਮੇਰਾ ਡਾਇਲੋਗ ਹੋਇਆ, ਮੈਂ ਆਪਣਾ ਪੱਖ ਦੱਸਿਆ, ਉਹਨਾਂ ਨੇ ਆਪਣਾ ਪੱਖ ਦੱਸਿਆ, ਪਰਿਵਾਰ ਨੇ ਅਲਟੀਮੇਟਲੀ ਮੇਰਾ ਪੱਖ ਪ੍ਰਵੇਲ ਕੀਤਾ,
जे मैं कुछ वो सोचते भी असी नहीं मैं तो कतल किया नहीं किया तो फिर वो मेरे नाल खड़ते क्यों अज भी अज तक मेरे वाकम मेरी चंकी दोस्त आ बनती का मकन ईवन अजय मकन भी मेरा चंगा वाकम मतलब कि चीज यही तो गल मैं कह रहा कि आप उतों तक जो डायलॉग देला आया आप हमेशा डायलॉग तो भजते क्यों मेरी किसी पत्रकार ने गलबात कराई सी फेस टू फेस गलबात हुई है उन्होंने अनेक बार जर्नलिस्टा ने क्वेश्चन पूछा भी थोड़ा की होया सी आपस वो कहिंदे भी असी अंडरस्टैंड किया एक दूजे उन्होंने दस्या भी मेरा किहड़ा कोई किसी ना परसनल दुश्मनी है जे मैं उन्होंने कहा सी भी मेरी तो परसनल दुश्मनी है नहीं पर जे तुसी परसनल लैके चलनी है तो इट्स योर चॉइस असी तो जो साडा पक्ष हैगा साडा पक्ष नूं एंडोर्स किया डिफरेंट रिपोर्ट्स ने भी वह बंदे डायरैक्टली इनवॉल्व सीगे दे वर लीडिंग द मॉब तो असी उस चीज़ का साढ़े को मॉरल सवाल सवाल सीगा कि जे साडियां धीआं भैणां नूं साडे गुरद्वारियां नूं साड़ूगा कोई तो फिर आपां की कर रहे जां कानून तो आपां देख लिया अज 39 साल बाद भी कानून कित्थे खड़ा हुण जगदीश टाइटलर ते केस आ इन्नी सीरीयस चार्जशीट फाइल हो चुकी है कोर्ट च पर उन्हें कभी एक बारी भी थाने नहीं बुलाया गया जिहड़े हुण राहुल गांधी हुणी पार्लीमेंट च कहिंदे ने कि मैनू जी बहुत दुख आ भारत जोड़ो यात्रा की आ मेरा हंकार टुटिया पर इन्हां दे बुल क्यों सिउंते हुए आ जदों जगदीश टाइटलर का सवाल आउंदा भी तुसी एक पासे मणिपुर की कर रहे एथनिक क्लिनजिंग की तो जिहड़ी इन्हां दीआं पार्टी दीआं सरकारां वल्लों एथनिक क्लिनजिंग हुई है 84 च उस बारे कभी एक्नोलेज तो की करना सी सगों जगदीश टाइटलर हुणी अज भी इन्हां नाल प्रमुखता दे नाल इन्हां दीआं स्टेजां ते बैठे हुंदे आ इन्हां दीआं कमेटियां च शामिल ने इहदा मतलब एंडोर्स करदे इस मतलब कि टैग भी उहने कीता जो ठीक कीता नहीं तो उन्होंने घट्टो घट्ट अपनी पार्टी तो वो क्यों फ्यूचर बारे डिसाइड तो कर दे भी तुसी केड़े पासे खड़े हो एक पासे तुसी जोड़न दीआं गल्लां कर रहे हैं दूजे पासे जिन्होंने सानू तबाह किया तुसी उन्हां नाल मोढ़े नाल मोढ़ा लाई बैठे यही कह रहा ना कि कंट्राडिक्टरी पॉलिटिक्स हैगी आ विच डजंट हैव एनी कंटेंट इन इट एक सिर्फ एक्सपीडियंसी की पॉलिटिक्स आ भी इहदे चों मेरी सैल्फ एक्सपीडियंसी किवें किस तरह मेरे इंट्रस्ट जिहड़े आ सेफगार्ड हो सकदे जी गिल साहब सिनेमा समाज का शीशा मनिया जाता है पर हुण सिनेमे ते भी बहुत सारे सवाल खड़े हुंदे आ कि सिनेमे नूं अपने पोलिटिकल मोटिवज़ लई जां अपने होर जातिगत हितां लई वरत्या जाण लग्गिया हर पासे ही खड़े हो रहे हैं सवाल मैं वैसे जनरली ये पूछना चाहुंदा कि नैटफ्लिक्स ने जिहड़ी एक सीरीज़ बनाई जिहड़ी तुहाडे उत्ते एक फिल्म जिहड़ी बनाई उस वरतान दे उत्ते ओह सच दे किन्ने कि नेड़े लंघदी आ नहीं वो थोड़े कट्स लगे ने जी डाकूमेंटरी क्योंकि वो भी सेंसर बोर्ड चो पास हुई सी पर ऑन दी होल आलमोस्ट कंप्लीट स्टोरी आ ओके ते उस तो वर्ल्डवाइड नाम भी मिले पर जे आपां दूजे पासे देखिए जिहड़ी हुण दलजीत दसांझ दी मूवी आ पंजाब 95 जबकि इहदा ओरिजिनल नाम सीगा घल्लूघारा इन्हां ने 6 महीने तो सेंसर बोर्ड का इन्हां नाल अड़िका चल रहा इन्हां ने सेंसर बोर्ड के कहे ते इन्हां ने जिहड़े बहुत वाइटल वो फिल्म के सीगे हिस्से उन्हां ते 21 वार कट लग्या उस कट्स के लगन तो बाद भी वो फिल्म नूं रिलीज़ नहीं होन दिता जा रहा हुण बॉम्बे हाई कोर्ट च उन्हां दा केस चल रहा है पेंडिंग आ इस तरह जदों हुण वो मूवी जिहड़ी आ सीगा इंडिया का सेंसर बोर्ड तो सिर्फ इंडिया तक ही लागू आ ना पर हुण जदों उन्होंने टोरंटो दे विच पहले एक्सेप्ट हो गई उत्थे इंटरनेशनल फिल्म फैसटिवल जो हर साल हुंदा तो एट दी लास्ट मूमेंट जदों सप्ट जदों अगस्त 11 नूं वो दिखाई जानी सी तां उहनूं उहदे स्क्रीन चों बाहर कढ दित्ता गया ये चीज़ां भी शो करदियां ने कि साडे जिहड़े इन्ने वॉसीफोरसली बाहर सिक्स क्लेम करदे ने वो क्यों नहीं उत्थों दी इंटरनेशनल फिल्म फैसटिवल दी जूरी नूं अपना पक्ष रख के दस सकते कि घट्टो घट्ट साडी जिहड़ी ट्रैजडी ते बनियां होईयां मूवीज़ ने वो तां सानूं दिखा लैण दित्ती जावे जी बिल्कुल ठीक है ये चीज़ां तां अपने ते जिहड़ा सेंसरशिप आ ये एक डायरैक्शनल नहीं हैगा इट इज़ कमिंग फ्रॉम सैवरल डायरैक्शनस वो कल्चरली भी हैगा आपां देखदे आ कि अपना कल्चर नूं इन्हां ने किन्ना लच्चर बनाता मतलब कि सवाए गंस कुड़ियां तो आशकी तो अलावा अपना केड़ा गीत आ जो किसी होर
मतलब कि किसी नैरेटिव के नाल बुनिया जाता हो कदी कदाई आपां नूं आउंदा जिहड़ा कोई गीत जिवें कोई जिवें सुरजीत पात्र दा सी कुछ कहा ता हनेरा जरेगा किवें उहनूं गाउण दित्ता मतलब गाउण दित्ता गया इस तरह पंजाब 84 जिहड़ी 1984 सीगी उहदे विच भी कुछ गाणे इदां दे सीगे जिहड़ी नर्व टच करदे सी साडे पंजाब दी ते साडे सिख कौम दी नहीं तां आपां ऑन दी होल देखिए ते जदों दा सिख संघर्ष नूं जदों लीहां तों लाया इसे भारत चहल होना ने के पी एस गिल होना ने किस तरह वह लच्चर कल्चर जिहड़ा सीगा उहनूं दुबारा सुरजीत कीता पंजाब च ते वह किहड़ा किहड़ा रूप अख्तियार कर गया वह गैंगस्टरिज्म वल चल चला गया आपां नूं सारा ही अपनी लीहां तों आपां नूं परे लै गए। गिल साहब कई सालों तो आपां एक दूसरे नूं जाणदे आं गलबात भी हुंदी रही पर कैमरे ते पहली वारी आपां डायलॉग कीता है ते मैं चाहुंना कि जिहड़ा पंजाब लई पंजाब पक्षी और असारू नतीजियां लई चंगे भविख दे लई ये डायलॉग नूं आपां अगे भी जिहड़ा है वह जारी रखांगे। बहरहाल तुहाडा बहुत बहुत शुक्रिया धन्नवाद सत श्री अकाल। सो ये सन रणजीत सिंह कुकी गिल होरी जिन्हां ने अपने शुरुआती उस दौर दे विचों जदों नौजवान कोले करन लई करवाउण लई सोचण लई देखण लई बहुत कुछ हुंदा है पर उन्हां ने स्ट्रगल दे राह नूं जिहड़ा है वह चुनिया उस तों बाद बहुत सारे पेंडियां तों लंघे ते पंजाब दे अज दे मौजूदा हालात ते आज़ादी दे जश्नां नूं अपने तरीके दे नाल बयानिया। उम्मीद करते हैं कि गलबात का दूजा हिस्सा जल्द जिहड़ा है वो तुहाडे सामने रखांगे। नवजोत सिंह धालीवाल दी इजाजत सत श्री अकाल।